ਅਸਲਾਮੁਆਲੇਕ ਜੀ ਮੈਂ ਤੁਹਾਡਾ ਭਾਈ ਸਵਰਸ਼ਾ ਤੇ ਤੁਸੀਂ ਦੇਖ ਰਹੇ ਹੋ ਕਾਜ਼ਮੀ ਬੈਸਟ ਟਰੈਕਟਰ ਚੈਨਲ ਉਮੀਦ ਕਰਨਾ ਸਾਰੇ ਭਰਾਖੀਤ ਨੂੰ ਹੋਣਗੇ ਤੇ ਭਰਾਵਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਫਾਲੋ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਸਾਰੇ ਭਰਾਵਾਂ ਦਾ ਭਰਾਵਾਂ ਵਾਸਤੇ ਲੈ ਕੇ ਆਇਆ ਜੀ ਟ੍ਰੈਸ਼ਰ ਫॉर ਸੇਲ ਹੈ ਜੀ ਹਾਫਜ਼ਾਬਾਦ ਦੇ ਬਣੀ ਹੋਈ ਜੇ 4.5 ਫੁੱਟੀ ਜੇ ਤੇ ਬਾਕੀ ਇਹ ਮਸ਼ੀਨ ਦੀ ਕੰਡੀਸ਼ਨ ਅੰਦਰ ਦੀ ਹੈ ਜਾਲ ਮਸ਼ੀਨ ਦਾ ਨਵਾਂ ਪੇ ਹੈ ਮੁਕੰਮਲ ਇੱਕ ਸੀਜ਼ਨ ਚੱਲੀ ਜੇ ਬਾਕੀ ਮਸ਼ੀਨ ਦੀ ਬਾਹਰ ਦੀ ਕੰਡੀਸ਼ਨ ਹੈ ਤੇ ਭਰਾਵਾਂ ਕੀ ਗੁਜ਼ਾਰਿਸ਼ ਹੈ ਜੀ ਵੀਡੀਓ ਮੁਕੰਮਲ ਦੇਖ ਲਿਆ ਕਰੋ ਉਸ ਲੋਕੇਸ਼ਨ ਵੀ ਕੀਮਤ ਵੀ ਹਰ ਸ਼ੈ ਮੁਕੰਮਲ ਦੱਸਣਾ ਤੇ ਨਾ ਆਪਣਾ ਟਾਈਮ ਜ਼ਾਇਆ ਕਰੋ ਨਾ ਅਗਲੇ ਦਾ ਜ਼ਾਇਆ ਕਰੋ ਮਿਹਰਬਾਨੀ ਹੋਵੇਗੀ ਸਾਰਿਆਂ ਦੀ ਬਾਕੀ ਇਹ ਬਾਹਰ ਦੀ ਕੰਡੀਸ਼ਨ ਜੀ ਮੁਕੰਮਲ ਤੁਹਾਨੂੰ ਫਰੰਟ ਤੋਂ ਚੈੱਕ ਕਰਾ ਦਿੰਨੇ ਆ ਤੇ ਬੈਲਟ ਵਗੈਰਾ ਹਰ ਸ਼ੈ ਮੁਕੰਮਲ ਲੱਗੀ ਹੈ ਫਰੰਟ ਤੋਂ ਪੁੱਲੀਆਂ ਦੇਖ ਸਕਦੇ ਹੋ ਦੋ ਬੇਟਾਂ ਵਿੱਚ ਆਫ ਜ਼ਾਬਾਦ ਦੀ ਮਸ਼ੀਨਾਂ ਹੁੰਦੀਆਂ ਨੇ ਤੁਹਾਨੂੰ ਪਤਾ ਸਾਰਿਆਂ ਦਾ ਇਹ ਵੇਟ ਨੇ ਫਰੰਟ ਦੇ ਵੇਟ ਦੇਖ ਸਕਦੇ ਹੋ ਜੀ 440 ਵਾਲਾ ਸਿਸਟਮ ਲੱਗੇ ਆ ਮਸ਼ੀਨ ਨੂੰ ਉਹ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਮੁਕੰਮਲ ਹਰਸ਼ਾ ਇਹ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਜੀ ਥੱਲੇ ਸਿਸਟਮ ਲੱਗੇ ਆ ਪੂਲੀ ਥੱਲੇ ਲੱਗੀ ਏ 440 ਵਾਲੀ ਫਰੰਟ ਜੋ ਤੁਸੀਂ ਦੇਖ ਸਕਦੇ ਹੋ ਹਰਸ਼ਾ ਠੀਕ ਹੈ ਬਿਲਕੁਲ ਫਿੱਟ ਟੁੱਟ ਪੱਜ ਕੋ ਨਹੀਂ ਮਸ਼ੀਨ ਦੇ ਵਿੱਚ ਫਰੇਮ ਵਗੈਰਾ ਹਰਸ਼ਾ ਠੀਕ ਨੇ ਛੋਟੀ ਸ਼ਾਫਟ ਵਿੱਚ ਛੋਟੀ ਸ਼ਾਫਟ ਦਾ ਲੇਦੇ ਤੇ ਬਾਅਦ ਵਿੱਚ ਇਹਦੀ ਅਲਟਰੇਸ਼ਨ ਹੋਈ ਏ ਅਸ਼ਦ ਵਾਲਿਆਂ ਦੀ ਬਣੀ ਜੀ ਮਸ਼ੀਨਾਂ ਬਾਕੀ ਟਾਇਰ ਦੇਖ ਸਕਦੇ ਹੋ ਰਿਮ ਦੇਖ ਸਕਦੇ ਹੋ ਠੀਕ ਨੇ ਮਸ਼ੀਨ ਦੇ ਡਬਲ ਫੈਨ 'ਚ ਕਿ ਤੁਹਾਨੂੰ ਮੁਕੰਮਲ ਪਿਛਲੀ ਸਾਈਡ ਵੀ ਹਰਸ਼ਾ ਚੈੱਕ ਕਰਾ ਦਿੰਨੇ ਆ ਡਬਲ ਫੈਨ 'ਚ ਦੇ ਜੀ ਹਫਜ਼ਾਬਾਦ ਦੇ ਬਣੀ ਹੈ ਜੀ ਸਾਢੇ 4 ਫੁੱਟੀ ਮਸ਼ੀਨ ਜੇ ਬਾਕੀ ਭਰਾਵਾਂ ਕੀ ਰਿਕੁਐਸਟ ਹੁੰਦੀ ਹੈ ਜੀ ਮੌਕੇ ਤੇ ਆ ਕੇ ਆਪਣੀ ਚੀਜ਼ ਚੈੱਕ ਕਰਿਆ ਕਰੋ ਤਸੱਲੀ ਕਰਿਆ ਕਰੋ ਪਸੰਦ ਆਵੇ ਤੇ ਮਾਲਕਾਂ ਨਾਲ ਬੈਂਕ ਸੌਦਾ ਕਰਿਆ ਕਰੋ ਕੋਈ ਕਮਿਸ਼ਨ ਏਜੰਟ ਨਹੀਂ ਹੁੰਦਾ ਤੇ ਬਾਕੀ ਆ ਬੈਕ ਸਾਈਡ ਦੇ ਵੀ ਬੈਲਟ ਹੋਇਆ ਰਿਹਾ ਹਰਸ਼ਾ ਮੁਕੰਮਲ ਹੈ weight ਦੇਖ ਸਕਦੇ ਹੋ ਜੀ ਮੁਕੰਮਲ ਹਰਸ਼ਾ ਫਿੱਟ ਇਸ ਮਸ਼ੀਨ ਆਪਣੇ ਰੰਗ ਵਿੱਚ ਹੈ ਕੋਈ ਦੁਬਾਰਾ ਰੰਗ ਨਹੀਂ ਹੋਈ ਤੇ ਟੁੱਟ ਪਾਜ ਵੀ ਕੋ ਨਹੀਂ ਮਸ਼ੀਨ ਵਿੱਚ ਮਸ਼ੀਨ ਬਿਲਕੁਲ ਸਾਫ਼ ਲੱਗਦੀ ਹੈ ਠੀਕ ਹੈ ਕੰਡੀਸ਼ਨ ਅੱਛੀ ਹੈ ਮਸ਼ੀਨ ਦੀ ਉਹ ਤੁਹਾਡੇ ਸਾਹਮਣੇ ਤੇ ਬਾਕੀ ਦੂਸਰੀ ਸਾਈਡ ਵੀ ਮਸ਼ੀਨ ਤੁਹਾਨੂੰ ਮੁਕੰਮਲ ਚੈੱਕ ਕਰਾ ਸਕਦੇ ਹੋ ਜੀ ਬੈਲਟਾਂ ਵਗੈਰਾ ਦੀ ਕੰਡੀਸ਼ਨ ਬਿਲਕੁਲ ਠੀਕ ਹੈ ਤੇ ਦੂਜੀ ਸਾਈਡ ਤੋਂ ਮਸ਼ੀਨ ਫਰੇਮ ਐਂਗਲ ਅਰਸ਼ਾ ਦੇਖ ਸਕਦੇ ਹੋ ਜੀ ਸਾਹਮਣੇ ਤੁਹਾਡੇ ਚੱਕਰੇ ਦੇ ਜੀ ਲਿਖੇ ਨੇ 750 ਬਾਕੀ ਜੀ ਬਾਡੀ ਮਸ਼ੀਨ ਦੀ ਦੇਖ ਸਕਦੇ ਹੋ ਕੋਈ ਕਿਸੇ ਪਾਸੇ ਮੁਰਮਤ ਨਹੀਂ ਲੱਗੀ ਆਪਣੀ ਸਾਫ਼ ਹੈ ਹਰ ਸ਼ਾਇ ਮਕਮਲ ਸੋਹਣੀ ਸਾਫ ਸੁਥਰੀ ਜੇ ਤੇ ਕੋਈ ਕਿਸੇ ਪਾਸੋਂ ਜ਼ੰਗ ਨਹੀਂ ਲੱਗੇ ਆ ਸਾਫ ਮਸ਼ੀਨ ਬਿਲਕੁਲ ਆਪਣੀ ਬਿਲਕੁਲ ਠੀਕ ਨੇ ਛਾਨਣੇ ਵਗੈਰਾ ਹਰ ਸ਼ਾਇ ਸਾਫ ਨੇ ਅੱਛੀ ਕੰਡੀਸ਼ਨ ਵਿੱਚ ਨੇ ਬਾਡੀ ਮਸ਼ੀਨ ਦੀ ਮਕਮਲ ਸਹੀ ਹੈ ਦੂਸਰੀ ਸਾਈਡ ਦੇ ਟਾਇਰ ਰਿਮ ਦੇਖ ਸਕਦੇ ਹੋ ਟਾਇਰ ਲੱਗਦਾ ਪੈਂਚਰ ਖਲਿਆ ਬਾਕੀ ਇਹ ਟੋਲ ਦੀ ਕੰਡੀਸ਼ਨ ਜੇ ਉਤੋਂ ਸਾਰਾ ਮਕਮਲ ਸਾਫ ਸੁਥਰਾ ਕੋਈ ਜ਼ੰਗ ਨਹੀਂ ਲੱਗੇ ਆ ਕਿਸੇ ਪਾਸੇ ਸਾਫ ਹੈ ਸੋਹਣੀ ਮਸ਼ੀਨ ਹੈ ਮਾਡਲ 2015 ਲਿਖਿਆ ਜੀ ਬਾਕੀ ਇਹ ਕੰਡੀਸ਼ਨ ਤੁਹਾਡੇ ਸਾਹਮਣੇ ਮਸ਼ੀਨ ਦੀ ਮਕਮਲ ਤੁਸੀਂ ਚੈੱਕ ਕਰ ਲਈਏ ਸਾਰੀ ਤੇ ਇਹ ਤੁਹਾਡੇ ਸਾਹਮਣੇ ਹਰਸ਼ਾ ਐਂਗਲ ਫਰੇਮ ਮੁਕੰਮਲ ਹਰਸ਼ਾ ਦੀ ਮਸ਼ੀਨ ਦੀ ਤੁਹਾਡੇ ਸਾਹਮਣੇ ਤੇ ਲੋਕੇਸ਼ਨ ਮਸ਼ੀਨ ਦੀ ਜਿਹੜੀ ਹੈ ਚੋਕੀ ਸਮਾਣੀ ਪਿੰਬਰ ਆਜ਼ਾਦ ਕਸ਼ਮੀਰ ਤੇ ਡਿਮਾਂਡ ਮਸ਼ੀਨ ਦੀ ਜਿਹੜੀ ਹੈ 3 ਲੱਖ 30 ਹਜ਼ਾਰ ਰੁਪਿਆ ਕਰਦੇ ਨੇ ਮਾਲਕ ਮੋਲਕੇ ਤੇ ਕਮੀ ਪੇਸ਼ੀ ਹੋ ਜਾਏਗੀ ਬਾਕੀ ਵੀਡੀਓ ਸਾਡੀ ਪਸੰਦ ਆਈ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਦੁਆਵਾਂ ਯਾਦ ਰੱਖਿਓ ਅੱਲਾ ਹਾਫਿਜ਼